ਜ਼ਿਲ੍ਹਾ ਦੇ ਸੈਸ਼ਨ ਜੱਜ ਮਾਨਯੋਗ ਗੁਰਬੀਰ ਸਿੰਘ ਜੀ ਵੱਲੋਂ ਕਚਹਿਰੀ ਵਿਖੇ ਕੌਮੀ ਲੋਕ ਅਦਾਲਤ ਲਗਾਈ ਗਈ। ਇਸ ਅਦਾਲਤ ਵਿੱਚ ਵੱਖ ਵੱਖ ਕੇਸ ਜਿਵੇਂ ਕਿ ਡੌਰੀ, ਬੈਂਕ ਲੋਨ, 420 ਦੇ ਪਰਚੇ, ਘਰੇਲੂ ਝਗੜੇ, ਜ਼ਮੀਨ ਜਾਇਦਾਦ ਦੇ ਝਗੜਿਆਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ। ਲੋਕ ਅਦਾਲਤਾਂ ਵਿੱਚ ਦੋਨੀ ਧਿਰਾਂ ਆਪਸੀ ਸਹਿਮਤੀ ਨਾਲ ਫੈਸਲੇ ਲੈਂਦੀਆਂ ਹਨ, ਰਿਪੀਟ, ਅਤੇ ਅਦਾਲਤ ਉਹਨਾਂ ਦੇ ਫੈਸਲੇ 'ਤੇ ਮੋਹਰ ਲਾ ਦਿੰਦੀ ਹੈ। ਇਸ ਅਦਾਲਤ ਵਿੱਚ 19 ਬੈਂਚ ਲਗਾਏ ਗਏ ਹਨ ਅਤੇ ਨਾਲ ਹੀ 7000 ਕੇਸਿਸ ਲੋਕ ਅਦਾਲਤ ਵਿੱਚ ਲਗਾਏ ਗਏ। ਮਾਨਯੋਗ ਜੱਜ ਗੁਰਬੀਰ ਸਿੰਘ ਜੀ ਨੇ ਦੱਸਿਆ ਕਿ ਇਸ ਵਾਰ ਟਰਾਂਸਜੈਂਡਰ ਕਮਿਊਨਿਟੀ ਦੀ ਪ੍ਰੋਗਰੈਸ ਲਈ ਇਹਨਾਂ ਦੀ ਰਿਪ੍ਰੈਜੈਂਟੇਟਿਵ ਮੋਹਿਨੀ ਨੂੰ ਲੋਕ ਅਦਾਲਤ ਦਾ ਮੈਂਬਰ ਬਣਾਇਆ ਗਿਆ ਤਾਂ ਕਿ ਸੁਸਾਇਟੀ ਇਹਨਾਂ ਨੂੰ ਇੱਕ ਆਮ ਸ਼ਹਿਰ ਵਾਸੀ ਦੇ ਤੌਰ ਤੇ ਅਪਣਾ ਸਕਣ। ਟੋਟਲ 19 ਬੈਂਚ ਲਗਾਏ ਗਏ ਹਨ ਜਿਹਦੇ ਵਿੱਚ ਤਕਰੀਬਨ 7000 ਕੇਸਿਸ ਅਸੀਂ ਇਹਨਾਂ ਲੋਕ ਅਦਾਲਤਾਂ 'ਚ ਲਗਾਏ ਹਨ ਅਤੇ ਮੈਨੂੰ ਆਸ ਹੈ ਵੀ ਤਕਰੀਬਨ 6000 ਕੇਸਿਸ ਇਹਨਾਂ ਵਿੱਚ ਡਿਸਪੋਜ਼ ਹੋ ਜਾਣਗੇ। ਲੋਕ ਅਦਾਲਤ ਇੱਕ ਆਪਣੇ ਆਪ ਨਾਮ ਨਵੇਕਲਾ ਹੈ, ਜਿਸ ਦਾ ਮਤਲਬ ਇਹ ਹੈ ਵੀ ਇਹ ਉਹ ਅਦਾਲਤ ਹੈ ਜਿੱਥੇ ਲੋਕ ਫੈਸਲਾ ਆਪਣੇ ਆਪ ਕਰਦੇ ਹਨ ਅਤੇ ਉਹਦੇ ਉੱਪਰ ਅਦਾਲਤ ਦੀ ਮੋਹਰ ਲਵਾ ਲੈਂਦੇ ਹਨ ਅਤੇ ਡਿਗਰੀ ਜਾਂ ਅਵਾਰਡ ਉਹ ਅਦਾਲਤ ਦਾ ਬਣਦਾ ਹੈ ਪਰ ਫੈਸਲਾ ਲੋਕਾਂ ਦਾ ਆਪਣਾ ਹੁੰਦਾ ਹੈ। ਮੇਰੀ ਰਿਕੁਐਸਟ ਹੈ ਲੁਧਿਆਣਾ ਵਾਸੀਆਂ ਨੂੰ ਵੀ ਤੁਸੀਂ ਲੋਕ ਅਦਾਲਤਾਂ ਵਿੱਚ ਆਓ, ਸੌਖਾ ਸਸਤਾ ਨਿਆਂ ਪਾਓ, ਆਪ ਵੀ ਖੁਸ਼ ਰਹੋ ਅਤੇ ਨਾਲਦਿਆਂ ਨੂੰ ਵੀ ਖੁਸ਼ ਰੱਖੋ। ਇਸ ਤੋਂ ਇਲਾਵਾ ਅੱਜ ਦੀ ਲੋਕ ਅਦਾਲਤ ਦਾ ਇੱਕ ਮੇਨ ਫੀਚਰ ਇਹ ਹੈ ਅਸੀਂ ਫੋਰ ਦੀ ਅਪਲਿਫਟਮੈਂਟ ਆਫ ਦੀ ਸਰਟਨ ਸੈਕਸ਼ਨ ਆਫ ਦੀ ਸੁਸਾਇਟੀ ਯਾਨੀ ਕਿ ਟਰਾਂਸਜੈਂਡਰ ਉਹਨਾਂ ਦੇ ਇੱਕ ਰਿਪ੍ਰੈਜੈਂਟੇਟਿਵ ਮੋਹਿਨੀ ਨੂੰ ਵੀ ਮੈਂਬਰ ਲੋਕ ਅਦਾਲਤ ਲਗਾਇਆ ਹੈ। ਇਹ ਪਹਿਲੀ ਵਾਰ ਹੋਇਆ ਹੈ ਮੇਰੇ ਖਿਆਲ ਪੰਜਾਬ ਵਿੱਚ ਜਾਂ ਨੌਰਥ ਇੰਡੀਆ ਵਿੱਚ ਕਿਸੇ ਟਰਾਂਸਜੈਂਡਰ ਨੂੰ ਲੋਕ ਅਦਾਲਤ ਦਾ ਮੈਂਬਰ ਬਣਾ ਕੇ ਬੈਂਚ 'ਤੇ ਬਿਠਾਇਆ ਹੈ ਤਾਂ ਕਿ ਉਹਨਾਂ ਦੀ ਕਮਿਊਨਿਟੀ ਵੀ ਰਿਪ੍ਰੈਜੈਂਟ ਹੋ ਸਕੇ ਅਤੇ ਉਹਨਾਂ ਦੀ ਜਿਹੜੀ ਐਕਸੈਪਟੇਬਿਲਟੀ ਹੈ ਸੁਸਾਇਟੀ ਦੇ ਵਿੱਚ ਉਹ ਹੋ ਸਕੇ। ਕੈਮਰਾਮੈਨ ਮਿਠਾੜੂ ਦੇ ਨਾਲ ਖੁਸ਼ੀ ਦੀ ਰਿਪੋਰਟ, ਬ੍ਰੇਕਿੰਗ ਨਿਊਜ਼, ਪੰਜਾਬ।